ਸ਼੍ਰੀਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਨਿਰਮਲ ਕੁਮਾਰ ਬਰਨਾਲਾ। ਅੱਜ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਰਨਾਲਾ ਪੁਲਿਸ ਵੱਲੋਂ ਕੀ ਪੁਖਤਾ ਪ੍ਰਬੰਧ ਕੀਤੇ ਗਏ? ਸਾਡੇ ਨਾਲ SSP ਸੰਦੀਪ ਕੁਮਾਰ ਮਲਿਕ ਨੇ, ਉਹਨਾਂ ਨਾਲ ਗੱਲਬਾਤ ਕਰਨ ਲਈ ਜਾ ਰਹੇ ਹਾਂ। ਸਰ, ਦੈਨਿਕ ਸਵੇਰਾ 'ਤੇ ਸਵਾਗਤ ਹੈ। ਸਰ, ਦੀਵਾਲੀ ਦਾ ਤਿਉਹਾਰ ਆ, ਕੀ ਕਹਿਣਾ ਚਾਹੋ, ਕੀ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ? ਸਭ ਤੋਂ ਪਹਿਲਾਂ ਜੀ, ਥੈਂਕ ਯੂ ਫੋਰ ਕਮਿੰਗ ਹੇਅਰ ਜੀ। ਬਰਨਾਲਾ ਪੁਲਿਸ ਵੱਲੋਂ ਆਏ ਬਾਰੇ ਕੀ ਤਰ੍ਹਾਂ, ਬਰਨਾਲਾ ਪੁਲਿਸ ਐਂਡ ਪੰਜਾਬ ਪੁਲਿਸ ਪੂਰੀ ਮੁਸਤੈਦ ਹੈ ਕਿ ਹਰ ਤਿਉਹਾਰ, ਹਰ ਜੋ ਨਿਵਾਸੀ ਹੈ ਪੰਜਾਬ ਦਾ, ਬਰਨਾਲੇ ਦਾ, ਉਹ ਬੜੇ ਹੀ ਸੁਖਾਵੇਂ ਢੰਗ ਨਾਲ ਸਿਕਿਓਰ ਇਨਵਾਇਰਮੈਂਟ ਦੇ ਵਿੱਚ ਮਨਾਏ। ਇਹਨੂੰ ਇਨਸ਼ੋਰ ਕਰਨ ਵਾਸਤੇ ਸਾਡੇ ਵੱਲੋਂ ਪੁਖਤਾ ਅਰੇਂਜਮੈਂਟਸ ਕੀਤੇ ਗਏ ਐਂਡ ਵੀਲ ਇਨਸ਼ੋਰ ਅ ਸੇਫ ਐਂਡ ਹੈਪੀ ਦੀਵਾਲੀ ਫੋਰ ਆਲ। ਸਰ, ਬਰਨਾਲਾ ਨਿਵਾਸੀਆਂ ਦੀਵਾਲੀ ਦਾ ਤਿਉਹਾਰ ਨੂੰ ਕੀ ਕਹਿਣਾ ਚਾਹੁੰਦੇ? ਜੀ, ਸਾਰਿਆਂ ਨੂੰ, ਬਰਨਾਲਾ ਨਿਵਾਸੀਆਂ ਨੂੰ, ਬਰਨਾਲਾ ਪੁਲਿਸ ਵੱਲੋਂ, ਪੰਜਾਬ ਪੁਲਿਸ ਵੱਲੋਂ, ਸਾਡੀ ਜੋ ਫੈਮਿਲੀਜ਼ ਹੈ ਪੁਲਿਸ ਦੀ, ਉਹ ਸਾਰਿਆਂ ਨੂੰ ਬਹੁਤ ਬਹੁਤ ਹਾਰਦਿਕ ਸ਼ੁਭਕਾਮਨਾਏ ਐਂਡ ਵੀ ਹੋਪ ਦੇ ਹੈਵ ਅ ਸੇਫ, ਪ੍ਰੋਸਪਰਸ ਐਂਡ ਜੋਇਫੁਲ ਦੀਵਾਲੀ। ਜੇਕਰ ਦੀਵਾਲੀ ਦੀ ਕੋਈ ਪਟਾਕੇ ਦੀ ਉਲੰਘਣਾ ਕਰਦਾ, ਕੋਈ ਹੁੱਲੜਬਾਜ਼ੀ ਕਰਦਾ, ਉਹਨਾਂ 'ਤੇ ਕਾਰਵਾਈ ਕੀਤੀ ਜਾਣੀ? ਜੀ, ਦੇਖੋ, ਅਸੀਂ ਨਾ ਬਹੁਤ ਹੀ ਇਲੈਬੋਰੇਟ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਹਾਂ, ਜਿਹਦੇ ਵਿੱਚ ਸਾਡੇ ਸਾਰੇ ਆਫਿਸਰਸ ਨੂੰ ਅਲੱਗ ਅਲੱਗ ਏਰੀਆ ਸਪੈਸੀਫਿਕ ਡਿਊਟੀਜ਼ ਦਿੱਤੀ ਗਈ ਹੈ। ਸਾਡੇ ਕੋਲ ਬਾਹਰੋਂ ਵੀ ਫੋਰਸ, ਐਕਸਟਰਾ ਫੋਰਸ ਮੁਹੱਈਆ ਕਰਵਾਈ ਗਈ ਹੈ ਐਂਡ ਸਾਡੀ ਵੀ ਜਿੰਨੀ ਵੀ ਨਫਰੀ ਹੈ ਉਹ ਵੀ ਮੋਬਿਲਾਈਜ਼ ਕੀਤੀ ਗਈ ਹੈ, ਸੋ ਦੈਟ ਇੱਕ ਏਰੀਆ ਡੋਮੀਨੇਸ਼ਨ ਹੋ ਸਕੇ। ਅਸੀਂ ਇੰਟੈਲੀਜੈਂਸ ਵੀ ਗੈਦਰ ਕਰ ਰਹੇ ਹਾਂ ਅਤੇ ਉਹਦੇ ਅਕੋਰਡਿੰਗ ਐਕਟ ਕਰਦੇ ਹੋਏ, ਅਸੀਂ ਏਰੀਆ ਸਪੈਸੀਫਿਕ ਕ੍ਰਾਈਮ ਮੈਪਿੰਗ ਕਰਦੇ ਹੋਏ, ਟਾਈਮਿੰਗ ਨੂੰ ਦੇਖਦੇ ਹੋਏ, ਮੋਬਾਈਲ ਅਸੀਂ ਨਾਕਾਸ ਵੀ ਇਨਪਲੇਸ ਕੀਤੇ ਹਾਂ, ਸਟੈਟਿਕ ਨਾਕਾਬੰਦੀ ਕੀਤੀ ਗਈ ਹੈ, ਕੋਆਰਡੀਨੇਟ ਸਰਚ ਓਪਰੇਸ਼ਨਸ ਚੱਲ ਰਹੇ ਹਾਂ, ਵੀ ਆਰ ਰੀਡਿੰਗ ਦੀ ਹਾਈਡ ਆਊਟਸ ਆਫ ਕ੍ਰਿਮੀਨਲਸ, ਐਂਟੀ ਸੋਸ਼ਲ ਐਲੀਮੈਂਟਸ 'ਤੇ ਸਾਡਾ ਪੂਰਾ ਵਰਕ ਚੱਲ ਰਿਹਾ, ਕਿਉਂਕਿ ਹੁਣ ਆਵਾਜਾਈ ਮਾਰਕੀਟਸ ਦੇ ਵਿੱਚ ਵੀ ਕਾਫੀ ਵੱਧ ਜਾਂਦੀ ਹੈ, ਤਾਂ ਟ੍ਰੈਫਿਕ ਨੂੰ ਵੀ ਅਸੀਂ, ਜੋ ਸਾਡਾ ਟ੍ਰੈਫਿਕ ਵਿੰਗ ਹੈ ਉਹਨੂੰ ਵੀ ਇਨਫੋਰਸ ਕੀਤਾ ਵਿਦ ਐਡੀਸ਼ਨਲ ਫੋਰਸ ਫੋਰ ਦਾ ਟਾਈਮ ਬੀਂਗ ਐਂਡ ਕੋਈ ਵੀ ਐਂਟੀ ਸੋਸ਼ਲ ਐਲੀਮੈਂਟ ਅਗਰ ਕਹੀਂ ਪਰ ਕੋਈ ਗਲਤ ਕੰਮ ਕਰੇਗਾ, ਕੋਈ ਇਲੀਗਲ ਕੰਮ ਕਰੇਗਾ, ਤਾਂ ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਊਗੀ। ਇਸ ਤੋਂ ਇਲਾਵਾ ਇਲੈਕਸ਼ਨ ਦਾ ਵੀ ਟਾਈਮ ਆ ਅਤੇ ਫੋਰਸ ਵਗੈਰਾ ਬਹਿਰੋ ਆਈ, ਤਾਂ ਕੀ ਪ੍ਰਬੰਧ ਕੀਤੇ ਗਏ ਜੀ? ਜੀ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨਸ ਦੇ ਮੁਤਾਬਕ ਪੁਲਿਸ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਤਤਪਰ ਹੈਗਾ ਕਿ ਇੱਥੇ ਬਰਨਾਲਾ ਦੇ ਵਿੱਚ ਫੇਅਰ ਐਂਡ ਫਰੀ ਇਲੈਕਸ਼ਨਸ ਕਰਵਾਏ ਜਾਣ। ਉਹਦੇ ਵਾਸਤੇ ਸਾਨੂੰ CAPF ਵੀ ਮੁਹੱਈਆ ਕਰਵਾਈ ਗਈ, ਐਡੀਸ਼ਨਲ ਫੋਰਸ ਫਰੋਮ ਦੀ ਸਟੇਟ ਆਰਮ ਪੁਲਿਸ ਹੈਜ਼ ਆਲਸੋ ਬੀਨ ਪ੍ਰੋਵਾਈਡਿਡ, ਅਤੇ ਉਹਦੇ ਵਾਸਤੇ ਵੀ ਅਸੀਂ ਡਿਟੇਲ ਦੇ ਵਿੱਚ ਮੀਟਿੰਗਸ ਕਰ ਚੁੱਕੇ ਹਾਂ ਅਤੇ ਰੈਗੂਲਰ ਸਾਡੀ ਮੀਟਿੰਗਸ ਚੱਲ ਰਹੀ ਹੈ ਐਂਡ ਫੋਰ ਦੈਟ ਆਲਸੋ ਇਲੈਬੋਰੇਟ ਸਿਕਿਉਰਿਟੀ ਅਰੇਂਜਮੈਂਟਸ, ਜੋ ਸਾਡੇ ਇਨਪੁੱਟਸ ਹੈਗੇ ਐਂਡ ਐਜ਼ ਪਰ ਦੀ ਡਾਇਰੈਕਸ਼ਨਸ ਜੋ ਕਮਿਸ਼ਨ ਦੀ ਹੈਗੀ, ਇਲੈਕਸ਼ਨ ਕਮਿਸ਼ਨ ਦੀ, ਉਹਨਾਂ ਦੇ ਅਕੋਰਡਿੰਗ ਅਸੀਂ ਪਲਾਨ ਕੀਤਾ ਹੋਇਆ ਐਂਡ ਜਿੱਦਾਂ ਕਿ ਕੱਲ੍ਹ ਵੀ ਅਸੀਂ ਫਲੈਗ ਮਾਰਚਿਸ ਕੱਢੇ ਹੈ, ਫੁੱਟ ਪੈਟਰੋਲਿੰਗਸ ਕੀਤੀਆਂ ਜਾ ਰਹੀਆਂ ਹਨ ਅਤੇ ਕੋਡਨ ਸਰਚ ਓਪਰੇਸ਼ਨਸ ਕੀਤੇ ਜਾ ਰਹੇ ਹੈ, ਪਾਰਕਿੰਗ ਪਲੇਸਿਸ, ਧਰਮਸ਼ਾਲਾ, ਸਰਾਏ ਦੀ ਚੈਕਿੰਗ ਹੋ ਰਹੀ ਹੈ ਐਂਡ ਅਸੀਂ ਨਾਕਾਬੰਦੀ ਸਟੈਟਿਕ ਐਂਡ ਮੋਬਾਈਲ ਰੱਖੀ ਹੋਈ ਹੈ। ਇਹਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਕੋਈ ਵੀ ਬਾਹਰੋਂ ਆ ਕੇ ਕੋਈ ਮਾੜਾ ਅਨਸਰ, ਐਂਟੀ ਸੋਸ਼ਲ ਐਲੀਮੈਂਟ ਇੱਥੇ ਗੜਬੜ ਨਾ ਕਰ ਸਕੇ। ਸਰ, ਕੰਪਨੀਆਂ ਬਰਨਾਲੇ ਦੀ ਗੱਲ ਕਰੇ, ਕਿੰਨੀਆਂ ਪਹੁੰਚੀਆਂ? ਜੀ, ਸਾਡੇ ਕੋਲ 3 CAPF ਦੀ ਕੰਪਨੀ, ਇੱਕ ਸਟੇਟ ਆਰਮ ਪੁਲਿਸ ਦੀ ਕੰਪਨੀ ਫੋਰ ਇਲੈਕਸ਼ਨ ਪਹੁੰਚ ਚੁੱਕੀ ਹੈ। ਇਨ ਐਡੀਸ਼ਨ ਟੂ ਦੈਟ, ਦੋ ਕੰਪਨੀ ਸਾਨੂੰ ਹੋਰ ਮੁਹੱਈਆ ਕਰਾਈਆਂ ਫੋਰ ਦੀਵਾਲੀ, ਸੋ ਇਨ ਟੋਟਲ ਵੀ ਹੈਵ 6 ਕੰਪਨੀਜ਼ ਇਨ ਪਲੇਸ। ਬਰਨਾਲਾ ਨਿਵਾਸੀਆਂ ਦੀਵਾਲੀ ਨੂੰ ਕੀ ਕਹਿਣਾ ਚਾਹੁੰਦੇ? ਜੀ, ਬਰਨਾਲਾ ਨਿਵਾਸੀਆਂ ਨੂੰ ਪੰਜਾਬ ਪੁਲਿਸ ਵੱਲੋਂ, ਬਰਨਾਲਾ ਪੁਲਿਸ ਵੱਲੋਂ ਦੀਵਾਲੀ ਦੀ ਬਹੁਤ ਬਹੁਤ ਸ਼ੁਭਕਾਮਨਾਏ। ਅਸੀਂ ਉਹਨਾਂ ਨੂੰ, ਉਹਨਾਂ ਦੇ ਪਰਿਵਾਰਜਨ ਨੂੰ ਬਹੁਤ ਵਧਾਈ ਦਿੰਦੇ ਹਾਂ ਅਤੇ ਹੋਪ ਕਰਦੇ ਹਾਂ ਕਿ ਉਹਨਾਂ ਦੀ ਦੀਵਾਲੀ ਬਿਲਕੁਲ ਖੁਸ਼ਨੁਮਾ ਹੋ, ਹੈਪੀ, ਪ੍ਰੋਸਪਰਸ, ਇੰਜੋਏਫੁਲ ਦੀਵਾਲੀ। ਇਹ ਸੀ ਬਰਨਾਲਾ ਦੇ SSP ਸੰਦੀਪ ਕੁਮਾਰ ਮਲਿਕ, ਜਿਨ੍ਹਾਂ ਨਾਲ ਆਪਾਂ ਪੂਰੀ ਗੱਲਬਾਤ ਕੀਤੀ। ਦੈਨਿਕ ਸਵੇਰਾ ਲਈ ਨਿਰਮਲ ਕੁਮਾਰ ਦੀ ਰਿਪੋਰਟ, ਬਰਨਾਲਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।